ਜੇ ਤੁਸੀਂ ਵੀ ਪ੍ਰੀ ਮਾਰਕੀਟ ਤੇ ਆਫਟਰ ਮਾਰਕੀਟ ਸਟਾਕ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ। ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਆਪਾਂ ਇੰਟਰੈਕਟਿਵ ਬ੍ਰੋਕਰ ਤੇ ਪ੍ਰੀ ਮਾਰਕੀਟ ਤੇ ਆਫਟਰ ਮਾਰਕੀਟ ਆਰਡਰ ਕਿੱਦਾਂ ਪਲੇਸ ਕਰ ਸਕਦੇ ਹਾਂ, ਕਿਸੇ ਵੀ ਸਟਾਕ ਨੂੰ ਬਾਏ ਸੈਲ ਕਿਸ ਤਰ੍ਹਾਂ ਕਰ ਸਕਦੇ ਹਾਂ। ਆਰਡਰ ਸਿੱਖਣ ਤੋਂ ਪਹਿਲਾਂ ਤੁਹਾਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪ੍ਰੀ ਮਾਰਕੀਟ ਤੇ ਆਫਟਰ ਮਾਰਕੀਟ ਦੇ ਵਿੱਚ ਜੇ ਤੁਸੀਂ ਟ੍ਰੇਡਿੰਗ ਕਰਨੀ ਹੈ ਤੇ ਉੱਥੇ ਸਿਰਫ ਆਪਾਂ ਲਿਮਿਟ ਆਰਡਰ ਹੀ ਲਾ ਸਕਦੇ ਹਾਂ, ਮਾਰਕੀਟ ਆਰਡਰ ਨਹੀਂ ਲਾ ਸਕਦੇ। ਤੇ ਸੈਕੰਡ, ਉਸ ਦੇ ਵਿੱਚ ਆਪਾਂ ਨੂੰ ਸਟਾਪ ਲਾਸ ਨਹੀਂ ਲੱਗਦਾ, ਇਸ ਲਈ ਜੇ ਸਟਾਕ ਇੱਕਦਮ ਥੱਲੇ ਡਿੱਗ ਪੈਂਦਾ ਹੈ ਤਾਂ ਆਪਾਂ ਨੂੰ ਲਾਸ ਦੇ ਚਾਂਸ ਵੀ ਕਾਫੀ ਜ਼ਿਆਦਾ ਹਨ। ਹੁਣ ਆਪਾਂ ਨੈਕਸਟ ਦੇਖਦੇ ਹਾਂ ਕਿ ਇਹ ਆਰਡਰ ਲਗਾਉਣੇ ਕਿਸ ਤਰ੍ਹਾਂ। ਪ੍ਰੀ ਮਾਰਕੀਟ ਤੇ ਆਫਟਰ ਮਾਰਕੀਟ ਬਾਏ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਬਾਏ ਤੇ ਕਲਿੱਕ ਕਰੋ। ਇਸ ਤੋਂ ਬਾਅਦ ਜਿਹੜੇ ਵੀ ਤੁਸੀਂ ਪ੍ਰਾਈਸ ਪੁਆਇੰਟ ਤੇ ਬਾਏ ਕਰਨਾ ਹੈ ਉੱਥੇ ਇਸ ਲਾਈਨ ਨੂੰ ਛੱਡ ਦਿਓ ਤੇ ਥੱਲੇ ਤੁਹਾਡਾ ਆਰਡਰ ਐਂਟਰੀ ਦੇ ਵਿੱਚ ਆਰਡਰ ਆ ਜਾਵੇਗਾ। ਸੋ ਇਸ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਇੱਕ ਲਿਮਿਟ ਪ੍ਰਾਈਸ ਆ ਰਹੀ ਹੈ। ਲਿਮਿਟ ਪ੍ਰਾਈਸ ਦੇ ਅੱਗੇ ਇੱਕ ਬਟਨ ਆ ਰਿਹਾ ਹੈ ਡੀਟੇਲ ਦਾ, ਉਸ ਦੇ ਅੱਗੇ ਇੱਕ ਛੋਟਾ ਜਿਹਾ ਡਾਊਨ ਐਰੋ ਹੋਈ ਉਹਨੂੰ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਤੁਹਾਨੂੰ ਆਪਸ਼ਨ ਆਵੇਗੀ ਡੇ ਦੀ। ਸੋ ਇਸ ਡੇ ਵਾਲੀ ਡਰੋਪ ਡਾਊਨ ਮੈਨਿਊ ਨੂੰ ਕੱਢ ਕੇ ਇੱਥੇ ਤੁਹਾਨੂੰ ਆਪਸ਼ਨ ਮਿਲੇਗੀ ਫਿਲ ਆਊਟਸਾਈਡ ਰੈਗੂਲਰ ਟ੍ਰੇਡਿੰਗ। ਮਤਲਬ ਹੈ ਵੀ ਜੇ ਆਪਾਂ ਪ੍ਰੀ ਮਾਰਕੀਟ ਤੇ ਆਫਟਰ ਮਾਰਕੀਟ ਬਾਏ ਕਰਨਾ ਹੈ ਤਾਂ ਆਪਾਂ ਨੂੰ ਇਹ ਆਪਸ਼ਨ ਕਲਿੱਕ ਕਰਨੀ ਪਏਗੀ। ਸੋ ਇਸ ਤੋਂ ਬਾਅਦ ਤੁਸੀਂ ਆਰਡਰ ਨੂੰ ਸਬਮਿਟ ਕਰ ਦੇਣਾ ਹੈ ਤੇ ਜਦੋਂ ਵੀ ਤੁਹਾਡਾ ਆਰਡਰ ਥਰੂ ਹੋ ਜਾਵੇਗਾ ਪ੍ਰੀ ਮਾਰਕੀਟ ਆਫਟਰ ਮਾਰਕੀਟ, ਉਸ ਤੋਂ ਬਾਅਦ ਤੁਸੀਂ ਇਹਨੂੰ ਸੈਲ ਕਰਨ ਦੀ ਵੀ ਸੇਮ ਆਪਸ਼ਨ ਹੈ। ਸੈਲ 'ਤੇ ਕਲਿੱਕ ਕਰੋ ਅਤੇ ਉੱਪਰ ਜਿੱਥੇ ਵੀ ਸੈਲ ਕਰਨਾ ਹੈ ਉਹ ਲਾਈਨ ਡਰੋਪ ਕਰ ਦਿਓ। ਉਸ ਤੋਂ ਬਾਅਦ ਅਗੇਨ ਸੇਮ ਡੀਟੇਲ ਦੇ ਥੱਲੇ ਬੋਟਮ ਐਰੋ ਹੈ ਉੱਥੇ ਜਾਣਾ ਹੈ, ਡੇ ਦੇ ਥੱਲੇ ਡਰੋਪ ਡਾਊਨ ਮੈਨਿਊ ਨੂੰ ਕੱਢ ਕੇ ਤੁਸੀਂ ਫਿਲ ਆਊਟਸਾਈਡ ਰੈਗੂਲਰ ਟ੍ਰੇਡਿੰਗ ਆਵਰ ਨੂੰ ਕਲਿੱਕ ਕਰਨਾ ਅਤੇ ਉਸ ਤੋਂ ਬਾਅਦ ਇਹ ਵੀ ਆਰਡਰ ਤੁਹਾਡਾ ਜਿਹੜਾ ਹੈ ਪ੍ਰੀ ਮਾਰਕੀਟ ਅਤੇ ਆਫਟਰ ਮਾਰਕੀਟ ਥਰੂ ਹੋ ਜਾਏ। ਜੇ ਤੁਹਾਡਾ ਇੰਟਰੈਕਟਿਵ ਬ੍ਰੋਕਰ ਬਾਰੇ ਹੋਰ ਵੀ ਕੋਈ ਕੁਐਸਚਨ ਹੈ ਜਾਂ ਤੁਸੀਂ ਕੁਝ ਲਰਨ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਰਿਗਾਰਡਿੰਗ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ, ਉਸ ਦੇ ਰਿਲੇਟਡ ਮੈਂ ਵੀਡੀਓ ਬਣਾ ਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗਾ। ਬਾਕੀ ਤੁਸੀਂ ਜੇ ਕੰਟੈਂਟ ਵਧੀਆ ਲੱਗਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ।